ਲਾਏ ਗਏ ਦੇ ਲਾਲਚ ਦਾਰ ਮੈਨੂੰ ਲੇਖ ਉਹ ਜਾਗੀਰਾਂ ਦਾ ਖਤ ਲੇਖ ਲੇਖ ਕੇ ਮੰਗਵਾਏ ਗਏ ਮੈਂ ਨੌਕਰ ਮੈਂ ਆਦਮਾਨ ਮੈਂ ਪਿਆਦਾ ਆਲੀ ਆਸਾਂ ਦੀ ਚਾਦਰ ਕੀਤੇ ਤੇ 9 ਲੱਖ ਬਦਮਾਸ਼ ਬਣਾਏ ਗਏ ਉਹ ਦੇ ਲਾਲਚ ਲਾਰ ਉਹ ਜਾਗੀਰਾਂ ਦਾ ਉਹ ਖਤ ਲੇਖ ਲੇਖ ਕੇ ਮੰਗਵਾਏ ਗਏ ਮੈਂ ਨੌਕਰ ਮੈਂ ਆਤਮਾਨ ਜਿਹੜੇ ਫੇਰਾਵਾਂ ਦੇ ਬੈਠੇ ਮੈਂ ਨੌਕਰ ਹਰ ਲਦਾਰ ਦਾ ਨੌਕਰ ਵੇਣੀ ਦੇ ਪਰਦੇ ਸਲਾਮਤ ਹੋਣੇ ਮੈਂ ਪਿਆ ਦੱਸਾਂ ਉਮਲ ਬਣੀ ਦੇ ਬਛੜੇ ਕੀਤੇ ਆਏ ਤੇ 9 ਲੱਖ ਬਦਮਾ ਸ਼ਬਲਾਏ ਗਏ ਲਚਦਾਰ ਜਾਗੀਰਾਂ ਦਾ ਉਹ ਖਤ ਲੇਖ ਲੇਖ ਕੇ ਮੇਰਾ ਪੋਤਰ ਮੈਨੂੰ ਲੇਖ ਉਹ ਦੇ ਲਚਦਾਰ ਉਹ ਜਾਗੀਰਾਂ ਦਾ ਲੇਖ ਲੇਖ ਕੇ ਆਏ ਮੰਗਵਾਏ ਗਏ ਪੱਥਰ ਦਿਲੀ ਤੱਕਣ ਕਰ ਵੇ ਮੈਂ ਪਿਆ ਦਾ ਕਰ ਕਤਲੀ ਅਬਾਸ ਕਰ ਬਾਲੋਏ ਤੇ 9 ਜੀ ਜੀ ਕਰ ਕਤਲ ਅਬਾਸ ਕੋ ਕਰ ਬਾਲੋਏ ਤੇ ਵਾਧੀਦ ਤੋਂ ਜਸ਼ਾ ਮਨਾਏ ਗਏ ਤੇ ਸ਼ਬੀਰ ਦੇ ਗੱਲ ਤਾਈ ਖਤਮ ਸ਼ਬੀਰ ਦੀ ਕਮਰ ਦਾ ਜ਼ੋਰ ਅਬਾਸ ਮੈਨੂੰ ਬੜੀ ਨਾ ਦੇਖ ਸ਼ਬੀਰ ਦੀ ਕਮਰ ਦਾ ਜ਼ੋਰ ਅਬਾਸ ਇਵੇਂ ਸਮਝ ਨਾ ਵੀ ਆਲੀਆ ਸੈਨ ਦੇ ਪਰਦੇ ਦਾ ਨਾਮ ਅਬਾਸ ਅਮੀਰੀ ਦੇ ਪਰਦੇ ਦਾ ਨਾਮ ਅਬਾਸ ਗਰੀਬੀ ਦੇ ਪਰਦੇ ਦਾ ਨਾਮ ਸੈਨ ਫਿੱਲਾ ਸਲਾਮ ਉਲਾ ਲੈ ਜਿਹੜੇ ਫੇਰਾਵਾਂ ਵਾਲੇ ਬੈਠੇ ਹੋ ਸ਼ਬੀਰ ਦੀ ਕਮਰ ਦਾ ਜ਼ੋਰ ਅਬਾਸ ਅਲੀ ਦੀਆਂ ਧੀਆਂ ਦੇ ਪਰਦੇ ਦਾ ਨਿਗਰਾਨ ਅਬਾਸ ਅਗਰ ਇਵੇਂ ਸਮਝ ਨਾ ਵੀ ਕੌਣ ਅਬਾਸ ਜਿਹਦੇ ਆਸਰੇ ਤੇ ਮਾਂ ਤੇ ਨਾਨੇ ਦੀ ਕਬਰ ਛੋੜ ਖਤਮ ਪਿਆ ਕਰੇ ਨਾ ਇਹ ਸੁਣਦੇ ਰਹਿੰਦੇ ਜੋ ਮਜ਼ਲੂਮ ਕਰਬਲਾ ਸ਼ਹੀਦ ਕਰਬਲਾ ਜੀ ਮੈਂ ਲੱਖ ਦਫਾ ਆਖਾਂ ਮੈਂ ਲੱਖ ਦਫਾ ਆਖਾਂ ਮੈਂ ਪਿਆਦਾ ਕਰ ਕਤਲ ਅਬਾਸ ਕੋ ਕਰਬਲ ਵਿੱਚ ਤੇ ਵਾਧੀਦ ਤੋਂ ਜਸ਼ਾਂ ਸ਼ਬੀਰ ਦੇ ਗੱਲ ਤਾਈ ਮਿੰਨਤ ਨਹੀਂ ਦੇ ਲਾਖੀ ਤਰੋਂ ਮੈਂ ਮੌਜਦਾ ਦੇਖੇ ਅਲੀ ਦੀ ਧੀ ਦਾ ਸੁਣਦੇ ਰਹਿੰਦੇ ਜੋ ਹਰ ਸ਼ਹੀਦ ਦੀ ਲਾਸ਼ ਤੇ ਫੇਰਾਵਾਂ ਦੇ ਜੋੜ ਸਲਾਮਤ ਰਾਣੀ ਸੈਨ ਰਾਜੀ ਉਹ ਵੀ ਮੋਮਿਨੀਨ ਤੋਂ ਇਜਾਜ਼ਤ ਗਿਣ ਕੇ ਜ਼ਾਕਰੀਨ ਤੋਂ ਇਜਾਜ਼ਤ ਗਿਣ ਕੇ ਬਿਲਖਸੂਨ ਸਦਾ ਤੋਂ ਇਜਾਜ਼ਤ ਗਿਣ ਕੇ ਸੈਯਦ ਉਮਰ ਦੇ ਨਾਤੇ ਨਾਲ ਅੱਜ ਦੀ ਸਫੇ ਅਲਾਵੀ ਸ਼ਾਹੀ ਹੱਥ ਨਜੋੜ ਮੈਂ ਸੈਯਦ ਤੇ ਮੁਬਾਰਕ ਦੇਣਾ ਬੜਾ ਖੁਸ਼ ਨਸੀਬ ਹੈ ਬੜਾ ਮੁਕਦਰਾ ਵਾਲਾ ਹੈ ਗੁਲਾਮ ਬਾਕਰ ਪੁੱਛ ਸ਼ਬੀਰ ਬੁਖਾਰੀ ਮੈਂ ਕੋ ਕਿਹੜੀ ਗੱਲ ਦੀ ਮੁਬਾਰਕ ਦੇਣਾ ਹੈ ਇਸ ਗੱਲ ਦੀ ਮੁਬਾਰਕ ਦੇਣਾ ਜੋ ਤੇਰੀ ਮਹਿਮਾਨ ਹੈ ਜਿਹੜੀ ਅਲੀ ਦੇ ਪਿਓ ਨਾਲ ਕਦਾ ਨਹੀਂ ਬੋਲੀ ਜੈਂਦਾ ਬਾਬਾ ਦਰਬਾਰੇ ਤੂੰ ਜ਼ਾਕਿਰ ਦੇ ਨਾਂ ਤੇ ਰੋਂਦਾ ਹੈ ਜਿਹੜੀ ਮਾਂ ਦੀ ਕੰਨ ਤੇ ਮੱਥਾ ਰੱਖਦੀ ਆਈ ਹੱਕਲ ਮਾਰ ਕੇ ਦੀ ਅੰਮਾ
ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ। ਪੁੱਤਰਾਂ ਦੀ ਜ਼ਿੰਦਗੀ ਹੋਵਣੇ, ਧੀਆਂ ਦੇ ਪਰਦੇ ਸਲਾਮਤ ਰਹਿਣੇ। ਹੱਥ ਖੋਲੋ ਚਾਦਰ ਵਾਲਾ, ਹੱਥ ਖੋਲ। ਅਗਰ ਹੱਥ ਮਾਤਮ ਸ਼ਬੀਰ ਵਾਸਤੇ ਬਣੇ ਨੀ, ਅਗਰ ਮੀ ਪਤਾ ਤੇ ਆ ਤੇ ਗੁਰਸਾ ਦੀ ਨੀਆਂ ਧੀਆਂ ਦੀ ਸੁਨਾ ਤੇਰੀ ਤੇਰੇ ਹੱਥ ਦਾ ਵਾ ਦੇਣ। ਮੈਂ ਉਹਨਾਂ ਦੇ ਪਰਦੇ ਦਾ ਮਸਾ ਇਹ ਪੇ ਪਰਦਾ, ਜਿੰਨਾ ਵੱਡੇ ਹੱਥਾਂ ਨਾਲ ਫਿਰਾ ਦੀ ਲਾਜ ਤੇ ਪੱਥਰਾਂ ਨਾਲ ਮਾਤਮ ਕੀਤਾ ਏ। ਜਿਹੜਾ ਗਾ ਵੀ ਟੁਰਾਏ ਪੱਥਰਾਂ ਨਾਲ ਮਾਤਮ, ਹਰ ਸ਼ਹੀਦ ਦੀ ਲਾਜ ਤੇ ਬਾਬਾ ਗੁਲਸ਼ਨ ਸ਼ਾਹ ਔਖੇ ਗਈ ਆਏ। ਤਮਾਚੇ ਝਲੇਂਦਾ, ਤੀਰ ਝਲੇਂਦਾ, ਪੱਥਰ ਝਲੇਂਦਾ, ਇਹ ਸੁਣਦੇ ਰਹਿੰਦੇ ਹੋ ਜੋ ਕਰਬਲਾ ਦੇ ਮੈਦਾਨ ਵਿੱਚ ਵਾਹਿਦ ਸ਼ਹੀਦ ਹਮ ਸ਼ਕਲੇ ਪੈਗੰਬਰ ਹੁਸੈਨ ਦਾ ਸੋਹਣਾ ਪੁੱਤਰ ਅਲੀ ਅਕਬਰ, ਜੈਦੀ ਲਾਜ ਦੇ ਬਾਬਾ ਤਸੱਦਕ ਸ਼ਾਹ ਤੇਰਾ ਮਜ਼ਲੂਮ ਜਿਹੜਾ ਲਾਨੂਆਂ ਤੇ ਕੋਣੀਆਂ ਦੇ ਬਹਾਰ ਗਈ ਆਏ। ਜਵਾਨਾਂ ਮੈਂ ਦੱਸਣਾ ਚਾਹਨਾ ਜੋ ਕਰਬਲਾ ਦੇ ਜਿੰਨੀਆਂ ਜਿੰਦੜਾ ਦੀ ਅਲਾ ਬਜ਼ੁਰਗ, ਉਹ ਕਿਹੜਾ ਜਵਾਨ ਹੈ ਜੈਦੀ ਲਾਜ ਦੀ ਅਕਬਰ ਦਾ ਬਾਬਾ ਆ ਕੇ ਜਾਣ ਵੀ ਆਏ ਤੇ ਥੱਕ ਵੀ ਆਏ। ਮੈਂ ਪਿਆਦਾ ਜਿਹੜਾ ਲਾਸ਼ਾ ਚਾਚਾ ਨਹੀਂ ਥਕਿਆ ਤੇ ਗਿਆ ਥੱਕ ਇੱਕ ਲਾਸ਼ ਤੇ ਜਾ ਕੇ, ਉਹ ਡਿੱਠਾ ਹਾਸ਼ਮੀ ਚੰਦ ਕੋ ਹੈ ਉਹ ਖਾਕੀ ਉੱਤੇ, ਉਹ ਰਿਹਾ ਟੁਰਦਾ ਕਮਾਰ ਨਿਵਾ ਕੇ ਤੀ। ਅਕਬਰ ਦੇ ਬਾਬੇ ਦੀ ਕਿਹੜੀ ਹਾਲਤ, ਲੋ ਰੋ ਗਿਆ ਦਵਦੇ ਮੈਂ ਦਾ ਮੁੱਕ ਗਈ ਲੋਰ ਜਵਾਨੀ ਵਾਲਾ।